ਇਹ ਆ ਵੀ ਜਦੋਂ ਹੁਣ ਆਪਾਂ ਕੇਮ ਪਾ ਦੇਣੀ, ਠੀਕ ਆ ਜੀ, ਗਰਾਰੀ ਦੇ ਜਿਹੜੇ ਦੰਦੇ ਆ ਨਾ, ਇੱਦਾਂ ਨਹੀਂ ਕਰਨੇ ਚਾਹੀਦੇ, ਇਹਦੇ ਵਿੱਚ ਇੰਨੀ ਢਿੱਲ ਨਹੀਂ ਚਾਹੀਦੀ। ਅਤੇ ਸਪਿੰਡਲ ਦਾ ਮਤਲਬ ਐਡਜਸਟਮੈਂਟ, ਸਪਿੰਡਲ ਦਾ ਮਤਲਬ ਵੀ ਜੇ ਢਿੱਲਿਆ ਤਾਂ ਆਪਾਂ ਥੋੜ੍ਹਾ ਜਿਹਾ ਸਪਿੰਡਲ ਇੱਦਾਂ ਘੁਮਾਵਾਂਗੇ, ਰਿਮੂਵ ਕਰਾਂਗੇ, ਇਹ ਢਿੱਲ ਬਿਲਕੁਲ ਖਤਮ ਹੋ ਜਾਂਦੀ। ਪਰ ਇਹਨੂੰ ਚਾਰੇ ਬੰਨੇ ਘੁਮਾ ਲਓ, ਜਿੱਧਰ ਮਰਜ਼ੀ ਘੁਮਾ ਲਓ, ਇਹਦੀ ਢਿੱਲ ਜਿਹੜੀ ਆ ਉੱਥੇ ਹੀ ਰਹਿੰਦੀ ਆ। ਇੰਨੀ ਢਿੱਲ ਨਹੀਂ ਬੁਲਟ 'ਚ ਚੱਲਦੀ ਭਾਅ ਜੀ, ਇਹ ਬਹੁਤ ਗਲਤ ਕੰਮ ਕੀਤਾ। ਉਹਦਾ ਕਾਰਨ ਇਹ ਆ ਵੀ ਇੱਕ ਤਾਂ ਸਪਿੰਡਲ ਸੀਜ ਹੋਇਆ, ਇੱਥੋਂ ਅੰਦਰੋਂ ਸਪਿੰਡਲ ਸੀਜ ਆ, ਤਿੰਨਾਂ ਜਗ੍ਹਾ ਤੋਂ ਕਰੈਕ ਹੋ ਗਿਆ ਸਪਿੰਡਲ, ਟੁੱਟ ਕੇ ਨਾ ਐਂ ਕਰਕੇ ਇੱਧਰ ਨੂੰ ਚੱਲ ਗਿਆ, ਵਿੰਗਾ ਹੋ ਗਿਆ ਸਪਿੰਡਲ। ਮਤਲਬ ਕਿ ਜਾਂ ਉਹਨੇ ਕੱਢਣ ਦੀ ਕੋਸ਼ਿਸ਼ ਕੀਤੀ ਉਹਦੇ ਕੋਲ ਨਿਕਲੇ ਨਹੀਂ ਆ, ਜਾਂ ਉਹਨੇ ਸੱਟ ਮਾਰੀ। ਉਹ ਪੁੱਲਰ ਤਾਂ ਅੱਜ ਕੱਲ੍ਹ ਹੁੰਦੇ ਨਹੀਂ ਕਿਸੇ ਕੋਲ, ਬਾਕੀ ਜਿਹੜੇ ਪ੍ਰੋਫੈਸ਼ਨਲ ਬੰਦੇ ਵਧੀਆ ਕੰਮ ਕਰਦੇ ਉਹਨਾਂ ਨੇ ਸਾਰੇ ਪੁੱਲਰ ਰੱਖੇ ਹੁੰਦੇ। ਇਹ ਕਿਸੇ ਅਣਜਾਣ ਬੰਦੇ ਦਾ ਕੰਮ ਆ, ਜਿਹਨੇ ਵੀ ਕੀਤਾ ਗਲਤ ਕੀਤਾ ਕੰਮ ਆ, ਬੈਰਿੰਗ ਪਾਉਣ ਦੀ ਵਜ੍ਹਾ ਦੇ ਵਿੱਚ, ਵੀ ਚਾਦਰ ਬੰਨ ਦੀ ਵਜ੍ਹਾ ਦੇ ਵਿੱਚ ਅਗਲੇ ਦਾ ਨੁਕਸਾਨ ਕਰਕੇ ਰੱਖਤਾ। ਆਪਾਂ ਨੂੰ ਸਿਰਫ ਸ਼ੱਕ ਇਹਦਾ ਤੇ ਹਾਈਡਰੋਲਿਕਾਂ 'ਤੇ, ਵੀ ਹਾਈਡਰੋਲਿਕ ਦੀ ਆਵਾਜ਼ ਟਿਕ ਟਿਕ ਆਉਂਦੀ ਆ, ਚੱਲ ਉੱਪਰੋਂ ਚੈੱਕ ਹੋ ਜਾਂਦੇ ਆ, ਰੋਕਰਾਂ ਨੂੰ ਪੇਚਕਸ ਨਾਲ ਨੱਪ ਕੇ ਚੈੱਕ ਕਰ ਲਈਦਾ, ਹਾਈਡਰੋਲਿਕ ਖਰਾਬ ਹੋਣਗੇ, ਹਾਈਡਰੋਲਿਕ ਪਾ ਦਾਂਗੇ ਅਤੇ ਮੋਟਰਸਾਈਕਲ ਦੀ ਆਵਾਜ਼ ਗੁੰਮ ਹੋ ਜੂਗੀ। ਇੰਨਾ ਕੰਮ ਕਰਨ ਤੋਂ ਬਾਅਦ ਹੁਣ ਵੇਖ ਲਓ ਵੀ 10:30 ਹੋ ਗਏ ਰਾਤ ਦੇ, ਵੀ ਮੈਂ ਸਵੇਰੇ ਦੇਣਾ ਯਾਰ ਮੋਟਰਸਾਈਕਲ, 'ਤੇ ਆਵਾਜ਼ ਭਾਅ ਜੀ ਫਿਰ ਨਹੀਂ ਹਟੀ। ਮੈਂ ਕਿਹਾ ਯਾਰ ਇੰਨਾ ਕੰਮ ਕੀਤਾ ਵਾ, ਸਾਰਾ ਕੰਮ ਵਧੀਆ ਕਰਤਾ, ਕਲੱਚ ਪਲੇਟਾਂ ਪਾ ਤੀਆਂ, ਅਤੇ ਆਵਾਜ਼ ਫਿਰ ਨਹੀਂ ਹਟੀ ਇਹਦੀ। ਫਿਰ ਭਾਅ ਜੀ ਜਦੋਂ ਖੋਲ੍ਹਦੇ ਖੋਲ੍ਹਦੇ ਗਾਂਹ ਦੀ ਗਾਂਹ ਤੁਰੇ ਗਏ, ਅਤੇ ਆਹ ਜਲੂਸ ਨਿਕਲਦੇ ਆਏ, ਆਹ ਸ਼ਿਮ ਜਿਹੜੀ ਉਹ ਮਲੀ ਗਈ ਵਿੱਚ ਹੀ, ਆਹ ਸ਼ਿਮ ਇੱਕ ਸਹੀ ਹੈ ਵੀ ਇੱਕ ਬੰਨੇ ਮੂੰਹ ਜਿਹਾ ਚੌੜਾ ਹੋਇਆ, ਅਤੇ ਵੀ ਖਰਾਬ ਹੋ ਗਈ, ਦੂਜੀ ਜਿਹੜੀ ਉਹ ਇੱਥੇ ਪਈ, ਆਹ ਵੇਖੋ ਟੋਟੇ ਟੋਟੇ ਤਾਂ ਹੋ ਗਿਆ ਅੰਦਰ।